ਜਲੰਧਰ ਦੇਹਾਤੀ ਪੁਲਿਸ ਨੇ ਨਸ਼ਾ ਸਮਗਲਿੰਗ ਦੇ ਅਧੀਨ ਚਾਰ ਸਮਗਲਰਾਂ ਨੂੰ 500 ਗ੍ਰਾਮ ਅਫੀਮ ਅਤੇ ਕੁੱਲ 1 ਕਿਲੋ 855 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦਾ ਸਮਗਲਿੰਗ ਨੈਟਵਰਕ ਤਬਾਹ ਕਰਨ ਦੇ ਲਈ ਉਨ੍ਹਾਂ ਦਾ ਰਿਮਾਂਡ ਵੀ ਲਿਆ ਗਿਆ ਹੈ। ਦਰਅਸਲ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦਿਆਂ ਉਕਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਦੋਸ਼ੀਆਂ ਦੀ ਪਹਿਚਾਣ ਅਮਨਦੀਪ ਸਿੰਘ, ਪ੍ਰਿੰਸ ਮੱਟੂ, ਸੁਰਿੰਦਰ ਉਰਫ ਬਿੱਲਾ ਤੇ ਸਰਦੂਲ ਉਰਫ ਦੁੱਲਾ ਵਜੋਂ ਹੋਈ ਏ, ਜੋ ਕਿ ਪੇਸ਼ੇ ਤੋਂ ਅਪਰਾਧੀ ਨੇ ਅਤੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਨੇ। ਫਿਲਹਾਲ ਪੁਲਿਸ ਨੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ। ਚਾਰ ਨਾਮੀ ਸਮਗਲਰ ਜਿਹੜੇ ਅਰੈਸਟ ਕੀਤੇ ਹੈ ਔਰ ਉਹਨਾਂ ਤੋਂ ਅੱਧਾ ਕਿਲੋ ਹੀਰੋਇਨ ਔਰ 1 ਕਿਲੋ ਔਰ ਤਕਰੀਬਨ 900 ਗ੍ਰਾਮ ਜਿਹੜੀ ਹੈ ਨਸ਼ੀਲਾ ਪਾਊਡਰ, ਦੋ ਟਰੈਕਟਰ, ਇੱਕ ਸਵਿਫਟ ਕਾਰ ਅਤੇ ਜੂਲਰੀ ਜਿਹੜੀ ਹੈ ਗੋਲਡ ਆਰਨਾਮੈਂਟ, ਜੋ ਕਿ ਸਾਰੀਆਂ ਚੀਜ਼ਾਂ ਡਰੱਗ ਮਨੀ ਨਾਲ ਬਣਾਈਆਂ ਗਈਆਂ ਸੀ। ਔਰ ਇਹਦੇ ਨਾਲ ਮੈਂ ਸਮਝਦਾ ਕਿ ਕਾਫੀ ਵੱਡੀ ਸਪਲਾਈ ਲਾਈਨ ਜਿਹੜੀ ਹੈ ਇਸ ਏਰੀਏ ਦੀ ਟੁੱਟੀ ਹੈ ਔਰ ਜਿੰਨੀ ਵੀ ਇਹਨਾਂ ਦੀ ਪ੍ਰੋਪਰਟੀ ਬਣੀ ਹੈ ਉਹ ਅਸੀਂ ਸੀਜ਼ ਕਰਾਂਗੇ।